ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Exam Job Hub ਦੇ ਵਿੱਚ ਤੇ ਦੋਸਤੋ ਵੀਡੀਓ ਦੇ ਵਿੱਚ ਗੱਲ ਕਰਨੇ ਜਾ ਰਿਹਾ ਆ ਪੰਜਾਬ ਦੀ ਇੱਕ ਹੋਰ ਨਵੀਂ ਵੈਕੈਂਸੀ ਦੇ ਬਾਰੇ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਇੱਥੇ ਵੈਕੈਂਸੀ ਨਿਕਲਦੀਆਂ ਰਹਿੰਦੀਆਂ ਹਨ ਤੇ ਅੱਜ ਜੋ ਮੈਂ ਵੈਕੈਂਸੀ ਦੇ ਬਾਰੇ ਗੱਲ ਕਰਨੇ ਜਾ ਰਿਹਾ ਆ ਉਹ ਇੱਕ ਨੌਨ ਟੀਚਿੰਗ ਵੈਕੈਂਸੀ ਹੈ ਜਾਨੀ ਕਿ ਇਸ ਨੂੰ ਜੋ 10th 2 ਵਾਲੇ ਜੋ ਕੈਂਡੀਡੇਟ ਹਨ ਇਸ ਫਾਰਮ ਨੂੰ ਭਰ ਸਕਦੇ ਹਨ ਤੇ ਦੋਸਤੋ ਚਲਦੇ ਹਾਂ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੇਗੀ ਤਾਂ ਪਲੀਜ਼ ਸਾਡੇ ਚੈ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰਕੇ ਹੌਲ ਤੇ ਸੈੱਟ ਕਰ ਦਿਓ ਤੇ ਸਾਡਾ ਟੈਲੀਗ੍ਰam ਚੈਨਲ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੇ ਦੋਸਤੋ ਚਲਦੇ ਹਾਂ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਥੇ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਕ ਨੋਟੀਫਿਕੇਸ਼ਨ ਜੋ ਕਿ ਆਇਆ ਹੈ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ 36 ਵੇਰੀਅਸ ਵੈਕੈਂਸੀ ਆਨਲਾਈਨ ਪੋਸਟ ਇਹ ਨੋਨ ਟੀਚਿੰਗ ਜੋ ਕਿ ਵੈਕੈਂਸੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਜੋ ਕਾਲਜਸ ਜਾਂ ਯੂਨੀਵਰਸਿਟੀ ਦੇ ਵਿੱਚ ਜੋ ਡਰਾਈਵਰ ਹਨ ਜਾਂ ਫਿਰ ਇਲੈਕਟ੍ਰੀਸ਼ੀਅਨ ਜਾਂ ਆਦਰ ਕੋਈ ਕੰਮ ਕਰਨ ਵਾਲੇ ਜੋ ਹਨ ਕੀ ডিপਾਰਟਮੈਂਟ ਦੇ ਵਿੱਚ ਆਉਂਦੇ ਹਨ ਇਸ ਦੇ ਵਿੱਚ ਵੀ ਜੋ ਕਿ ਨੌਨ ਟੀਚਿੰਗ ਵੈਕੈਂਸੀਆਂ ਜੋ ਨਿਕਾਲੀਆਂ ਗਈਆਂ ਹਨ ਤੇ ਇੱਕ ਇੱਕ ਕਰਕੇ ਤੁਹਾਨੂੰ ਇਹਨਾਂ ਸਾਰੀਆਂ ਵੈਕੈਂਸੀਆਂ ਬਾਰੇ ਮੈਂ ਦੱਸਣਾ ਚਾਹਾਂਗਾ ਉਸ ਤੋਂ ਬਾਅਦ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਇੱਥੇ ਦੱਸਣਾ ਚਾਹਾਂਗਾ ਐਪਲੀਕੇਸ਼ਨ ਫੀਸ ਦੇ ਬਾਰੇ ਜੋ ਕਿ ਕੈਂਡੀਡੇਟ ਅਨ ਰਿਜ਼ਰਵਡ ਕੈਟਾਗਰੀ ਤੋਂ ਬਿਲੋਂਗ ਕਰਦੇ ਹਨ ਉਹਨਾਂ ਲਈ 600 ਰੁਪਏ ਫੀਸ ਹੈ SSC PW ਕੈਂਡੀਡੇਟ ਔਮਨ ਕੈਂਡੀਡੇਟ ਕਿਸੇ ਵੀ ਜੋ ਕਿ ਕੈਟਾਗਰੀ ਨਾਲ ਬਿਲੋਂਗ ਕਰਦੇ ਹਨ ਉਹਨਾਂ ਨੂੰ ਕੋਈ ਇੱਥੇ ਫੀਸ ਨਹੀਂ ਰੱਖੀ ਗਈ ਫੀਸ ਤੁਸੀਂ ਆਨਲਾਈਨ ਮੋਡ ਦੇ ਦੁਆਰਾ ਇੱਥੇ ਜਮ੍ਹਾਂ ਕਰਵਾ ਸਕਦੇ ਹੋ ਤੇ ਆਨਲਾਈਨ ਮੋਡ ਦੁਆਰਾ ਹੀ ਤੁਸੀਂ ਸਕਦੇ ਹੋ ਤੇ ਦੋਸਤੋ ਇਸ ਵੀਡੀਓ ਇਹ ਵੀਡੀਓ ਥੋੜੀ ਦੀ ਲੰਬੀ ਹੋਣ ਵਾਲੀ ਹੈ ਤੇ ਪਲੀਜ਼ ਪੂਰਾ ਇਸ ਵੀਡੀਓ ਨੂੰ ਦੇਖਿਓ ਤੇ ਸ਼ੇਅਰ ਵੀ ਕਰ ਦਿਓ ਇਸ ਵੀਡੀਓ ਨੂੰ ਤੇ ਇਸ ਦੀ ਜੋ ਕਿ ਲਾਸਟ ਡੇਟ ਹੈ 25 ਨਵੰਬਰ ਇਸ ਦੀ ਲਾਸਟ ਡੇਟ ਹੈ ਤੇ ਫਾਰਮ ਨੂੰ ਤੁਸੀਂ ਹੁਣ ਤੁਸੀਂ ਜੋ ਪੰਨਾ ਸ਼ੁਰੂ ਕਰ ਸਕਦੇ ਹੋ ਇਸ ਦੇ ਲਈ ਜੋ ਕਿ ਕੈਂਡੀਡੇਟ ਹਨ 10th ਪਾਸ ਜੋ ਕਿ ਗ੍ਰੈਜੂਏਟ ਵਾਲੇ ਕੈਂਡੀਡੇਟ ਹਨ ਉਹ ਵੀ ਇਸ ਫਾਰਮ ਨੂੰ ਭਰ ਸਕਦੇ ਹਨ ਉਸ ਤੋਂ ਬਾਅਦ ਇੱਥੇ ਏਜ ਲਿਮਿਟ ਦੀ ਗੱਲ ਕਰਦੇ ਹਾਂ ਤੇ ਇਸ ਦੇ ਵਿੱਚ ਜੋ ਕਿ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਦੀਆਂ ਹਰ ਵੈਕੈਂਸੀਆਂ ਦੇ ਵਿੱਚ ਏਜ ਲਿਮਿਟ ਬਹੁਤ ਜ਼ਿਆਦਾ ਰੱਖੀ ਹੁੰਦੀ ਹੈ ਤੇ ਏਜ ਲਿਮਿਟ ਇਸ ਦੇ ਵਿੱਚ ਜੋ ਕਿ 30 ਤੋਂ ਤੁਸੀਂ ਲਗਭਗ ਬਾਦੀ ਰੱਖੋਗੇ 30 ਸਾਲ ਤੋਂ ਉੱਪਰ ਜੋ ਕੈਂਡੀਡੇਟ ਹਨ ਉਹ ਵੀ ਇਸ ਫਾਰਮ ਨੂੰ ਭਰ ਸਕਦੇ ਹਨ ਤੇ ਇਸ ਤੇ ਨਾਲ ਹੀ ਤੁਸੀਂ ਇਸ ਦਾ ਜੋ ਕਿ ਆਨਲਾਈਨ ਫਾਰਮ ਲਈ ਇੱਥੇ ਕਲਿੱਕ ਕਰਨਾ ਹੈ ਤੇ ਨਾਲ ਤੁਸੀਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਚੈੱਕ ਆਊਟ ਕਰਨਾ ਹੈ ਕਿ ਨੋਟੀਫਿਕੇਸ਼ਨ ਦੇ ਵਿੱਚ ਕੀ ਕੀ ਜੋ ਇਹਨਾਂ ਨੇ ਦੱਸਿਆ ਹੈ ਤੇ ਚੱਲਦੇ ਹਾਂ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਦੇ ਹਾਂ ਤੇ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਵੀ ਮਿਲ ਜਾਪੇਗਾ ਉਥੋਂ ਤੁਸੀਂ ਸਿੱਧਾ ਕਲਿੱਕ ਕਰਕੇ ਇਸ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਖੁਦ ਆਪਣੇ ਇਸ ਨੋਟੀਫਿਕੇਸ਼ਨ ਨੂੰ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਪੰਜਾਬ ਕੇਂਦਰੀ విశ్వ ਵਿਦਿਆਲੇ ਇੱਥੇ ਜੋ ਕਿ ਲਿਖਿਆ ਗਿਆ ਹੈ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਰਿਕਰੂਟਮੈਂਟ ਨੋਟਿਸ ਤੇ ਤੇ ਇਸ ਤੋਂ ਬਾਅਦ ਤੁਸੀਂ ਇੱਥੇ ਹਰ ਇੱਕ ਵੈਕੈਂਸੀ ਦੇ ਅੱਗੇ ਤੁਸੀਂ ਉਹਨਾਂ ਦੀ ਪੋਸਟਾਂ ਚੈੱਕ ਕਰ ਸਕਦੇ ਹੋ ਉਹਨਾਂ ਦੀ ਜੋ ਕਿ ਪੇਜ ਚੈੱਕ ਕਰ ਸਕਦੇ ਹੋ ਤੇ ਕੈਟਾਗਰੀ ਵਾਈਜ਼ ਇੱਥੇ ਜੋ ਕਿ ਪੋਸਟਾਂ ਵੰਡੀਆਂ ਗਈਆਂ ਹਨ ਉਸ ਨੂੰ ਵੀ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਤੇ ਦੋਸਤੋ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜੋ 10th ਜਾਂ +2 ਲੈਵਲ ਦੀਆਂ ਜੋ ਵੈਕੈਂਸੀਆਂ ਹਨ ਉਹ ਇੱਥੇ ਜੋ ਕਿ ਥੱਲੇ ਤੁਸੀਂ ਸਕਰੋਲ ਕਰ ਸਕਦੇ ਹੋ ਜਿੱਥੇ ਕਿ ਲਾਰ ਡਿਵੀਜ਼ਨ ਕਲੈਰੀਕਲ ਕੁੱਕ ਡਰਾਈਵਰ ਮਲਟੀ ਸਕਿਲਡ ਸਟਾਫ ਜੋ ਕਿ एमटीएस ਲੈਬੈਰੇਟਰੀ ਅਟੈਂਡੈਂਟ ਇੱਥੇ ਜੋ ਕਿ ਵੈਕੈਂਸੀਆਂ ਨੇ ਇਹ ਟੈਲੈਂਟ ਪਲੱਸ 2 ਲੈਵਲ ਦੀਆਂ ਵੈਕੈਂਸੀਆਂ ਹਨ ਤੁਸੀਂ ਇਹਨਾਂ ਨੂੰ ਜੋ ਕਿ ਵੀ ਭਰ ਸਕਦੇ ਹੋ ਇਸ ਤੋਂ ਉੱਪਰ ਵਾਲੀਆਂ ਜੋ ਕਿ ਵੈਕੈਂਸੀਆਂ ਨੇ ਸਾਰੀਆਂ ਜੋ ਕਿ ਗ੍ਰੈਜੂਏਟ ਲੈਵਲ ਦੀਆਂ ਵੈਕੈਂਸੀਆਂ ਹਨ ਤੇ ਦੋਸਤੋ ਇਸ ਤਰ੍ਹਾਂ ਇਸ ਤੋਂ ਬਾਅਦ ਤੁਸੀਂ ਇੱਕ-ਇੱਕਲੀ ਵੈਕੈਂਸੀ ਦਾ ਜੋ ਕਿ ਤੁਸੀਂ ਕੁਆਲੀਫਿਕੇਸ਼ਨ ਨੂੰ ਚੈੱਕ ਆਊਟ ਕਰ ਸਕਦੇ ਹੋ ਤੇ ਫਾਰਮ ਤੁਸੀਂ ਆਨਲਾਈਨ ਮੋਡ ਦੇ ਦੁਆਰਾ ਭਰ ਸਕਦੇ ਹੋ ਇੱਥੇ ਇਹਨਾਂ ਨੇ ਲਿੰਕ ਦਿੱਤਾ ਗਿਆ ਹੈ ਇਸ ਫਾਰਮ ਨੂੰ ਭੰਦੇ ਲਈ ਉਸ ਤੋਂ ਬਾਅਦ ਤੁਸੀਂ ਪੇਮੈਂਟ ਵੀ ਦੇਖ ਲਈ ਹੋਗੀ ਤੇ ਦੋਸਤੋ ਇਸ ਜੋ ਕਿ ਪੀਡੀਐਫ ਦੇ ਵਿੱਚ ਮੈਂ ਤੁਹਾਨੂੰ ਮੇਨ ਮੇਨ ਗੱਲਾਂ ਇਸ ਤੇ ਜੋ ਕਿ ਪਰਥੀ ਦੇ ਬਾਰੇ ਦੱਸਣਾ ਚਾਹਾਂਗਾ ਤੇ ਦੋਸਤੋ ਜੇਕਰ ਤੁਹਾਨੂੰ ਚੰਗੀ ਲੱਗੇ ਰਹੀ ਹੋਗੀ ਇਹ ਵੀਡੀਓ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਲਾਈਕ ਵੀ ਕਰਦੇ ਹੋ ਇਸ ਚੈਨਲ ਨੂੰ ਸਭ ਤੋਂ ਪਹਿਲਾਂ ਫਾਈਨੈਂਸ ਆਫੀਸਰ ਹੈ ਇਸਦੇ ਲਈ ਇੱਕ ਪੋਸਟ ਹੈ ਇਸ ਦੀ ਜੋ ਕਿ ਸੈਲਰੀ ਹੈ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਸੈਲਰੀ ਹੈ ਤੇ ਇਸ ਦੀ ਜੋ ਕਿ ਏਜ ਲਿਮਟ ਵੀ ਜਿਆਦਾ ਰੱਖੀ ਗਈ ਹੈ 57 ਈਅਰ ਤੇ ਇਸ ਦੀ ਕੁਆਲੀਫਿਕੇਸ਼ਨ ਮਾਸਟਰ ਇੱਥੇ ਰੱਖੀ ਗਈ ਹੈ ਤੁਸੀਂ ਇਹ ਚੈੱਕ ਆਊਟ ਕਰ ਸਕਦੇ ਹੋ ਉਸ ਤੋਂ ਬਾਅਦ ਡਿਪਟੀ ਲਾਇਬ੍ਰੇਰੀਅਨ ਇਸ ਦੇ ਲਈ ਵੀ ਜੋ ਕਿ ਡਿਗਰੀ ਹੀ ਰੱਖੀ ਗਈ ਹੈ ਜੋ ਕਿ ਇਸ ਦੀ ਕੁਆਲੀਫਿਕੇਸ਼ਨ ਡਿਪਟੀ ਜੋ ਕਿ ਰਜਿਸਟਰਾਰ ਹੈ ਉਸ ਦੇ ਲਈ ਵੀ ਇੱਥੇ ਡਿਗਰੀ ਹੀ ਰੱਖੀ ਗਈ ਹੈ ਤੇ ਮੈਂ ਤੁਹਾਨੂੰ ਜੋ ਕਿ 10th 2 ਵਾਲੇ ਜੋ ਕੈਂਡੀਡੇਟ ਹਨ ਉਹ ਸੋਚ ਰਹੇ ਹੋਣਗੇ ਕਿ ਇਸ ਦੇ ਲਈ ਜੋ ਕਿ 10th 2 ਵਾਲੀ ਵੈਕੈਂਸੀਆਂ ਇੱਥੇ ਕਿੱਥੇ ਹਨ ਤੇ ਇੱਥੇ ਤੁਸੀਂ ਥੱਲੇ ਸਕਰੋਲ ਕਰਨਾ ਹੈ ਦੇ ਦੋਸਤੋ ਉਸ ਦੇ ਬਾਅਦ ਤੁਸੀਂ ਚੈੱਕ ਆਊਟ ਕਰ ਹੀ ਸਕਦੇ ਹੋ ਖੁਦ ਹੀ ਕਿਉਂਕਿ 10th 2 ਵਾਲੇ ਕੈਂਡੀਡੇਟ ਹਨ ਉਹ ਇਸ ਵੈਕੈਂਸੀ ਨੂੰ ਚੈੱਕ ਆਊਟ ਕਰ ਸਕਦੇ ਨੇ ਲੋਅਰ ਡਿਵੀਜ਼ਨ ਕਲੈਰੀਕਲ ਜਾਨੀ ਕਿ ਕਲਰਕ ਦੀ ਜੋ ਪੋਸਟ ਹੈ ਪਲੱਸ 2 ਲੈਵਲ ਦੀ ਹੈ ਨਾਲ ਤੁਹਾਨੂੰ ਟਾਈਪਿੰਗ ਵੀ ਕਰਨੀ ਹੋਵੇਗੀ ਇਸ ਤੋਂ ਬਾਅਦ ਸੈਕੰਡ ਪੋਸਟ ਹੈ ਕੁੱਕ ਦੀ ਇੱਥੇ ਜੋ ਕਿ 10th ਪਾਸ ਰੱਖੀ ਗਈ ਹੈ ਇਸ ਦੀ ਜੋ ਕਿ ਇੱਥੇ ਕੁਆਲੀਫਿਕੇਸ਼ਨ ਤੇ 32 ਏਅਰ ਇਸ ਦੀ ਜੋ ਕਿ ਇੱਥੇ ਏਜ ਲਿਮਿਟ ਰੱਖੀ ਗਈ ਹੈ ਉਸ ਤੋਂ ਬਾਅਦ ਡਰਾਈਵਰ ਦੀ ਵੀ ਦੇਖ ਸਕਦੇ ਹੋ 10th ਪਾਸ ਤੇ ਜੋ ਕਿ ਵਰਤੀ ਹੈ ਜੋ ਕਿ ਇਸ ਦੀ ਤੁਸੀਂ ਫਾਰਮ ਨੂੰ ਭਰ ਸਕਦੇ ਹੋ ਐਮਟੀਐਸ ਇਸ ਦੇ ਲਈ 10th ਪਾਸ ਤੁਹਾਡੀ ਜੋ ਕਿ ਕੁਆਲਿਫੀਕੇਸ਼ਨ ਰੱਖੀ ਗਈ ਹੈ ਤੁਸੀਂ ਇਸ ਨੂੰ ਵੀ ਦੇਖ ਸਕਦੇ ਹੋ ਨਾਲ ਤੁਸੀਂ ਆਈਟੀਆ ਵੀ ਪਾਸ ਹੋਣਾ ਚਾਹੀਦੇ ਹੋ ਜਾਂ ਫਿਰ ਕੱਲੀ 10ਵੀਂ ਤੁਸੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਲੈਬਰਾਟਰੀ اٹੈਂਡੈਂਟ ਵੀ ਤੁਸੀਂ ਦੇਖ ਸਕਦੇ ਹੋ ਲਾਇਬ੍ਰੇਰੀ اٹੈਂਡੈਂਟ ਵੀ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ 10th ਪਾਸ ਦੀਆਂ ਜੋ ਕਿ ਵੈਕੈਂਸੀਆਂ ਹਨ ਇੱਥੇ ਤੁਸੀਂ ਪਲੱਸ 2 ਪਾਸ ਵੀ ਦੇਖ ਸਕਦੇ ਹੋ ਕਿ ਜੋ ਲਾਇਬ੍ਰੇਰੀ اٹੈਂਡੈਂਟ ਹੈ ਉਸ ਦੇ ਲਈ ਪਲੱਸ 2 ਪਾਸ ਇੱਥੇ ਜੋ ਕਿ ਵੈਕੈਂਸੀ ਆਈ ਹੈ ਤੇ ਦੋਸਤੋ ਇਹ ਸਾਰੀ ਵੈਕੈਂਸੀਆਂ ਨੂੰ ਤੁਸੀਂ ਖੁਦ ਵੀ ਦੇਖ ਸਕਦੇ ਹੋ ਇਹਨਾਂ ਸਾਰੀਆਂ ਵੈਕੈਂਸੀਆਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਜੋ ਕਿ ਗ੍ਰੈਜੂਏਟ ਲੈਵਲ ਦੀਆਂ 10th 2 ਲੈਵਲ ਦੀਆਂ ਜੋ ਕਿ ਵੈਕੈਂਸੀਆਂ ਆਈਆਂ ਹਨ ਤੇ ਇੱਕ ਇੱਕ ਕਰਕੇ ਹਰ ਇੱਕ ਨੋਟੀਫਿਕੇਸ਼ਨ ਨੂੰ ਤੁਸੀਂ ਪੂਰੇ ਧਿਆਨ ਨਾਲ ਦੇਖ ਸਕਦੇ ਹੋ ਤੇ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈਨ ਚਾ ਵਾਰਤ